ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੱਜ ਕੱਲ੍ਹ ਬਹੁਤ ਸਾਰੀਆਂ ਕਾਂਗਰਸੀ ਅਤੇ ਅਕਾਲੀ ਲੀਡਰਾਂ ਦੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜ਼ੋਰਾਂ ਤੇ, ਜਿੱਥੇ ਉਹ ਆਵਾਮ ਦੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆ ਰਹੇ ਨੇ। ਬੀਤੇ ਦਿਨੀ ਰਾਜਾ ਵੜਿੰਗ ਦੀ ਇੱਕ ਵੀਡੀਓ ਅਜਿਹੀ ਵਾਇਰਲ ਹੋਈ ਸੀ, ਜਿਸ ਦੇ ਵਿੱਚ ਨੌਜਵਾਨਾਂ ਦੇ ਸਵਾਲਾਂ ਤੋਂ ਬਚਦੇ ਹੋਏ ਰਾਜਾ ਵੜਿੰਗ ਭੱਜਦੇ ਹੋਏ ਨਜ਼ਰ ਆਏ ਸੀ, ਤੇ ਉਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਵਾਲਾਂ ਦੇ ਜਵਾਬ ਦਿੰਦਿਆਂ ਨਹੀਂ ਸੀ ਸੁੱਝਿਆ, ਤੇ ਹੁਣ ਕੁਝ ਅਜਿਹਾ ਹੀ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਚੌਧਰੀ ਦੇ ਨਾਲ ਵੀ ਹੋਇਆ, ਜਿਸ ਦੇ ਵਿੱਚ ਨੌਜਵਾਨਾਂ ਨੇ ਸਾਫ਼ ਤੌਰ ਤੇ ਉਹਨਾਂ ਨੂੰ ਕੁਝ ਸਵਾਲ ਪੁੱਛੇ ਜਿਹਨਾਂ ਦੇ ਜਵਾਬ ਦਿੰਦਿਆਂ ਨਹੀਂ ਬਣੇ ਸੰਤੋਖ ਚੌਧਰੀ ਨੂੰ, ਅਤੇ ਉਹ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਸਵਾਲਾਂ ਨੂੰ ਅਣਸੁਣਿਆ ਕਰਕੇ ਉੱਥੋਂ ਨਿਕਲਦੇ ਬਣੇ। ਮਾਰੋ ਇੱਕ ਨਜ਼ਰ। ਇਸ ਤਰ੍ਹਾਂ ਤਾਂ ਸਵਾਲ ਪੁੱਛਦੇ ਰਹਿੰਦੇ, ਕੋਈ ਅਸੀਂ ਕੋਈ ਐਸਾ ਮੇਰੇ ਨੋਟਿਸ ਨਹੀਂ। ਕਿੱਥੇ ਦੀ ਗੱਲ ਕਰਦੇ ਸੀ? ਮੈਂ ਤਾਂ ਸਵੇਰ ਦੇ 10-12 ਪ੍ਰੋਗਰਾਮ ਕਰ ਚੁੱਕਾ, ਕੋਈ ਮੇਰੇ ਨੋਟਿਸ ਨਹੀਂ। ਫਲੋਰ ਦੀ ਲੜਕੀ ਦਾ ਕੇਸ ਜਿਹੜਾ ਰੇਪ ਵਾਲਾ ਹੈਗਾ, ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ। ਲੜਕੀ ਨੇ ਕਿਹਾ ਹੈ, ਮੇਰੇ ਕੰਪੇਨ ਬਾਰੇ ਕੋਈ ਸਵਾਲ ਪੁੱਛੋ, ਠੀਕ ਹੈ ਨਾ? ਮੇਰੀ ਕੰਪੇਨ ਬਾਰੇ ਤੁਸੀਂ ਕਹਿ ਦਿਓ, ਮੈਂ ਕੰਪੇਨ ਬਾਰੇ ਸਵਾਲ ਉਹਦਾ ਮੈਂ ਤੁਹਾਨੂੰ ਜਵਾਬ ਦੇ ਦਿੱਤਾ। ਉਹਦਾ ਸਵਾਲ ਮੇਰੇ 'ਤੇ ਕੋਈ ਰੋਕ ਨਹੀਂ, ਤੁਸੀਂ ਇੱਥੇ ਰੱਬ ਦੇ ਘਰ ਮੱਥਾ ਟੇਕਣਾ, ਇੱਥੇ ਤੋਂ ਬਖਸ਼ ਦਿਓ। ਨਹੀਂ ਤੁਸੀਂ ਮਤਲਬ ਤੁਸੀਂ ਇਹ ਬੰਨਿਆ ਵੀ ਨੈਗੇਟਿਵ ਸਵਾਲ ਪੁੱਛਣੇ ਕੈਂਡੀਡੇਟ ਨੂੰ, ਤੁਸੀਂ ਪੱਤਰਕਾਰ ਹੋ, ਤੁਸੀਂ ਭਾਈ ਸਾਹਿਬ ਤੁਸੀਂ ਪੱਤਰਕਾਰ ਹੋ, ਕਦੀ ਪੋਜ਼ਿਟਿਵ ਵੀ ਗੱਲ ਕਰਿਆ ਕਰੋ। ਮੈਂ ਕੰਪੇਨ ਕਰ ਰਿਹਾ, ਕੰਪੇਨ ਕਰ ਰਿਹਾ, ਤੁਸੀਂ ਮਤਲਬ ਫਿਰ ਉਹੀ ਗੱਲ ਜਿਹੜੀ ਵੀ ਜਿਹੜੇ ਚੈਨਲਸ ਹੈ ਨੈਗੇਟਿਵ ਵੀ ਤੁਸੀਂ ਪੁੱਟ ਕਰ। ਮੈਂ ਮੰਦਰ 'ਚ ਆਇਆ ਨਾ, ਮੰਦਰ 'ਚ ਮੈਂ ਆਸ਼ੀਰਵਾਦ ਲੈਣਾ। ਜੀ ਹਾਂ, ਤੁਸੀਂ ਬਾਖੂਬੀ ਵੇਖਿਆ ਕਿ ਸੰਤੋਖ ਚੌਧਰੀ ਨੇ ਸਾਰੇ ਸਵਾਲ ਸੁਣੇ ਵੀ ਅਤੇ ਉਹਨਾਂ ਦਾ ਜਵਾਬ ਵੀ ਨਹੀਂ ਦਿੱਤਾ। ਪਰ ਜਦੋਂ ਪੱਤਰਕਾਰਾਂ ਵੱਲੋਂ ਸੰਤੋਖ ਚੌਧਰੀ ਨੂੰ ਇਸੇ ਮਸਲੇ ਦੇ ਉੱਤੇ ਸਵਾਲ ਕੀਤੇ ਗਏ ਕਿ ਕਿਉਂ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਤੁਸੀਂ ਨਹੀਂ ਦਿੱਤੇ, ਤਾਂ ਉਹ ਸਾਫ਼ ਮੁੱਕਰ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਦੇ ਨਾਲ ਕਿਸੇ ਨੇ ਕੋਈ ਸਵਾਲ ਕੀਤਾ ਹੀ ਨਹੀਂ। ਕਿਉਂ ਨਹੀਂ ਸੜਕਾਂ ਦੇ ਉਸ ਟਾਈਮ ਕਿਉਂ ਨਹੀਂ ਆਏ?
ਗੁਰਪਿਆਰੇ, ਸੋਸ਼ਲ ਮੀਡੀਆ ਦਾ ਸਮਾਂ ਹੈ ਤੇ ਵੀਡੀਓਜ਼ ਬਹੁਤ ਜਲਦੀ ਵਾਇਰਲ ਹੋ ਜਾਂਦੀਆਂ ਨੇ। ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਕੋਈ ਵੀ ਝੂਠ ਬੋਲਣ ਤੋਂ ਪਹਿਲਾਂ ਉਹ 100 ਵਾਰ ਸਮਝ ਲੈਣ, ਸੋਚ ਲੈਣ ਕਿ ਇਸ ਝੂਠ ਦਾ ਅੰਜਾਮ ਅੱਗੇ ਕੀ ਹੋ ਸਕਦਾ ਹੈ। ਅਜੇ ਵੋਟਾਂ ਪੈਣੀਆਂ ਬਾਕੀ ਨੇ ਤੇ ਜੇਕਰ ਵੋਟਾਂ ਤੋਂ ਪਹਿਲਾਂ ਹੀ ਅਸੀਂ ਅਜਿਹੇ ਝੂਠ ਬੋਲਾਂਗੇ, ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇਵਾਂਗੇ, ਫਿਰ ਗੱਲ ਚਾਹੇ 2500 ਰੁਪਏ ਪੈਨਸ਼ਨ ਦੀ ਹੋਵੇ, ਨੌਜਵਾਨਾਂ ਨੂੰ ਘਰ ਘਰ ਨੌਕਰੀ ਦੀ ਹੋਵੇ, ਹੱਥਾਂ 'ਚ ਸਮਾਰਟਫੋਨ ਦੀ ਹੋਵੇ ਜਾਂ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਹੋਵੇ, ਨਸ਼ਾ ਮੁਕਾਉਣ ਦੀ ਹੋਵੇ, ਇਹ ਕੁਝ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਕਾਂਗਰਸ ਨੂੰ ਅੱਜ ਨਹੀਂ ਤਾਂ ਕੱਲ੍ਹ ਦੇਣੇ ਹੀ ਪੈਣਗੇ। ਤੇ ਇਹ ਸਿਰਫ ਇੰਨਾ ਕਹਿ ਕੇ ਨਹੀਂ ਸਰਨਾ ਕਿ ਸਾਰਾ ਕੰਮ ਹੋ ਗਿਆ ਹੈ, ਨਸ਼ਾ ਖਤਮ ਹੋ ਗਿਆ, ਕਿਉਂਕਿ ਆਏ ਦਿਨ ਮਾਵਾਂ ਦੇ ਜਵਾਨ ਪੁੱਤ ਇਸ ਨਸ਼ੇ ਦੀ ਬਲੀ ਪੰਜਾਬ ਦੇ ਵਿੱਚ ਅੱਜ ਵੀ ਚੜ੍ਹ ਰਹੇ ਨੇ। ਨੌਜਵਾਨੀ ਅੱਜ ਵੀ ਸੜਕਾਂ 'ਤੇ ਧੱਕੇ ਖਾ ਰਹੀ ਹੈ ਤੇ ਕਿਸਾਨੀ ਅੱਜ ਵੀ ਬਦਹਾਲ ਹੋ ਰੋ ਰਹੀ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਜਲੰਧਰ ਤੋਂ ਮਨਵੀਰ ਸਭਰਵਾਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।